ਸਾਡੇ ਡਰਾਇੰਗ ਰੂਮ ਚ ਗੰਜਾ ਜਾ ਕੌਣ ਬੈਠਾ? ਪਾਗਲ ਹੋ ਮੇਰੇ ਫਗਵਾੜੇ ਵਾਲੇ ਫੁੱਫੜ ਜੀ ਨੇ ਨਮਸਤੇ ਕੀਤੀ ਉਹਨਾਂ ਨੂੰ? ਮੈਂ ਫੁੱਫੜ ਦੇ ਫਗਵਾੜੇ ਤੇ ਦੰਦੀ ਵੱਢਣ ਲੱਗਾ ਸੀ। ਹੈਂ ਕਿਉਂ? ਕਹਿੰਦੇ ਹੱਟ ਕੁੱਤੇ ਪਿੱਛੇ ਹੋ। ਤੈਨੂੰ ਕਿਹਾ? ਯਾਰ ਦੋਹਾਂ ਨੂੰ ਕਿਹਾ। ਫੁੱਫੜ ਜੀ ਬੜੇ ਫਨੀ ਨੇ, ਆ ਲਓ ਚਾਹ ਦੇ ਆ ਉਹਨਾਂ ਨੂੰ। ਤੂੰ ਦੇ ਕੇ ਆ, ਤੇਰੀ ਤਾਂ ਭੂਆ ਦਾ ਘਰ ਵਾਲਾ। ਬੇਵਕੂਫ, ਐਸੇ ਬਹਾਨੇ ਤੁਹਾਡੀ ਉਹਨਾਂ ਨਾਲ ਫਰੈਂਡਸ਼ਿਪ ਹੋ ਜਾਏਗੀ। ਮੈਂ ਨਹੀਂ ਕਰਨੀ ਫਨੀ ਫੁੱਫੜ ਨਾਲ ਫਰੈਂਡਸ਼ਿਪ। ਪਾਜੀ ਤੁਸੀਂ ਲੈ ਜਾਓ, ਤੁਹਾਡੇ ਤੇ ਸਾਰਾ ਫੁੱਫੜ ਲੱਗਦੇ ਐ। ਹੈਂ ਲਿਆ ਯਾਰ, ਮੈਂ ਦੇ ਕੇ ਆਣਾ। ਲੋ ਚਾਹ ਤੇ ਚਿੰਨੀ ਕਿੰਨੀ ਪਾਈ ਐ। ਹੈਪੀ, ਫੁੱਫੜ ਜੀ ਫਿੱਕੀ ਚਾਹ ਪੀਂਦੇ ਨੇ। ਯਾਰ ਸ਼ੇਰੋ ਵੀ ਫਿੱਕੀ ਚਾਹ ਪੀਂਦਾ। ਮੈਨੂੰ ਤਾਂ ਪ੍ਰੋਬਲਮ ਐ। ਅੱਛਾ, ਤੈਨੂੰ ਵੀ ਫੁੱਫੜ ਜੀ ਵਾਲੀ ਪ੍ਰੋਬਲਮ ਐ? ਹਾਂ ਬਿੱਲੋ, ਸੇਮ ਪ੍ਰੋਬਲਮ ਐ। ਸਾਲਿਆ ਉਹਨਾਂ ਨੂੰ ਤਾਂ ਸ਼ੂਗਰ ਦੀ ਪ੍ਰੋਬਲਮ ਐ, ਤੈਨੂੰ ਖੁਰਕ ਪਈ ਹੋਈ ਐ।